ਵੀਡੀਓ ਭੇਜੀ ਗਈ, ਪਤਾ ਨਹੀਂ ਕੀ ਐਡਿਟ ਕਰਕੇ ਪਾਇਆ ਉਹਦੇ 'ਚ। 3 ਮਹੀਨੇ ਹੋ ਗਏ ਮੈਨੂੰ ਘਰੇ ਬੈਠੇ ਨੂੰ, ਹੁਣੀ ਮੇਰੀ ਵੀਡੀਓ ਕਿਉਂ ਲਿਆਂਦੀ ਗਈ ਅੱਗੇ? ਵੀ ਮੈਨੂੰ ਬਦਨਾਮ ਕਰਨ ਵਾਸਤੇ, ਵੀ ਜ਼ਬਾਨ 'ਚ ਕੀੜੇ ਪੈ ਜਾਣ ਜੇ ਮੈਂ ਇਹ ਚੀਜ਼ ਕਦੇ ਵੀ ਬੋਲਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਸਾਰਿਆਂ ਨੂੰ ਪਤਾ ਹੈ ਵੀ ਕੀ ਪ੍ਰੋਬਲਮ ਆਈ ਹੋਈ ਆ, ਕੇਸ ਵੀ ਚੱਲ ਰਿਹਾ, ਸਰੀਰਕ ਤੌਰ 'ਤੇ ਵੀ ਮੈਂ ਠੀਕ ਨਹੀਂ ਹੈਗਾ, ਪਰ ਇੰਡੀ ਬਲੈਂਕ ਨੇ ਕੋਈ ਇਹੋ ਜਿਹਾ ਕੰਮ ਕਰਨਾ ਨਹੀਂ ਉਹਨੇ ਛੱਡਿਆ ਜਿਹੜਾ ਉਹ ਮੈਨੂੰ ਬਰਬਾਦ ਨਾ ਕਰ ਸਕੇ। ਅਤੇ ਹੁਣ ਮੈਨੂੰ ਜਦੋਂ ਮੈਂ ਸਵੇਰੇ ਉੱਠਿਆ ਅਤੇ ਮੈਂ ਇੱਕ ਵੀਡੀਓ ਦੇਖੀ, ਸਾਡੇ ਬਹੁਤ ਹੀ ਸਤਿਕਾਰਯੋਗ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਜੀ, ਬਹੁਤ ਵੱਡੇ ਆ, ਸਤਿਕਾਰਯੋਗ ਹੈ। ਸੋ ਉਹਨਾਂ ਦੇ ਪਿਤਾ ਜੀ ਨੂੰ ਵੀਡੀਓ ਭੇਜੀ ਗਈ, ਪਤਾ ਨਹੀਂ ਕੀ ਐਡਿਟ ਕਰਕੇ ਪਾਇਆ ਉਹਦੇ 'ਚ ਕਿ ਨਹੀਂ, ਹੈ ਨਾ, ਮੈਂ ਇਹ ਚੀਜ਼ ਦਾ ਮੈਨੂੰ ਪਤਾ ਨਹੀਂ। ਅਤੇ ਜੇ ਮੈਂ ਕੁਛ ਬੋਲਿਆ ਗਲਤ ਤਾਂ ਮੈਂ ਇਸ ਚੀਜ਼ ਦੀ, ਜਿੱਥੇ ਵੀ ਮੈਨੂੰ ਸਿੱਖ ਸੰਗਤ ਬੁਲਾਊਗੀ ਮੈਂ ਇਸ ਚੀਜ਼ ਦੀ ਮਾਫ਼ੀ ਮੰਗੂੰਗਾ, ਹੈ ਨਾ ਜੀ। ਪਰ ਉਹ ਬੰਦੇ ਨੇ ਮੇਰੀ ਵੀਡੀਓ ਐਡਿਟ ਕਰਕੇ ਮੇਰੀ ਵੀਡੀਓ ਭੇਜੀ ਆ, ਅਤੇ ਮੈਨੂੰ ਪਤਾ ਨਹੀਂ ਸੀਗਾ ਵੀ, ਕਿਉਂਕਿ 3 ਮਹੀਨੇ ਹੋ ਗਏ ਮੈਨੂੰ ਘਰ ਬੈਠੇ ਨੂੰ, ਕੋਈ ਪ੍ਰੋਗਰਾਮ ਨਹੀਂ ਲਾਇਆ। ਪਹਿਲਾਂ ਸਿੱਖ ਸੰਗਤ ਦੇ ਵਿੱਚ ਮੈਂ ਗਾ ਕੇ ਆਇਆ, ਹੁਣੀ ਮੇਰੀ ਵੀਡੀਓ ਕਿਉਂ ਲਿਆਂਦੀ ਗਈ ਅੱਗੇ? ਵੀ ਮੈਨੂੰ ਬਦਨਾਮ ਕਰਨ ਵਾਸਤੇ? ਸੋ ਇਹ ਮਿਹਰਬਾਨੀਆਂ ਇੰਡੀ ਬਲਿੰਗ ਦੀਆਂ। ਇੱਕ ਪਾਸੇ ਤਾਂ ਉਹ ਲੋਕਾਂ ਨੂੰ ਕਹਿੰਦਾ ਫਿਰਦਾ ਵੀ ਮੇਰਾ ਸਮਝੌਤਾ ਕਰਾ ਦਿਉ, ਇੱਕ ਪਾਸੇ ਉਹ ਮੇਰੀਆਂ ਵੀਡੀਓ ਐਡਿਟ ਕਰਕੇ ਸਿੱਖ ਸੰਗਤ ਨੂੰ ਗੁੰਮਰਾਹ ਕਰ ਰਿਹਾ। ਮੈਂ ਤਾਂ ਗੁਰੂ ਘਰ ਦੇ ਦਰਵੇਸ਼ਾਂ ਨਾਲੋਂ ਵੀ ਨੀਵਾਂ, ਮੈਂ ਕੋਈ ਐਡਾ ਵੱਡਾ ਹੈ ਨਹੀਂਗਾ, ਉਹ ਵੀ ਮੇਰੇ ਨਾਲੋਂ ਵੱਧ ਰੁਤਬਾ ਰੱਖਦੇ ਆ। ਅਤੇ ਮੈਂ ਸਾਰੀ ਸਿੱਖ ਸੰਗਤ ਨੂੰ, ਜਿੰਨੇ ਵੀ ਸਾਡੇ ਜਥੇਦਾਰ ਸਾਹਿਬਾਨ ਹੈ, ਮੈਂ ਉਹਨਾਂ ਨੂੰ ਇਹ ਗੱਲ ਕਹਿਣੀ ਚਾਹੂੰਗਾ, ਜੇ ਮੇਰੇ ਮੂੰਹੋਂ ਕੋਈ ਸ਼ਬਦ ਨਿਕਲਿਆ ਤਾਂ ਮੈਨੂੰ ਜਿੱਥੇ ਮਰਜ਼ੀ ਤੁਸੀਂ ਬੁਲਾ ਸਕਦੇ ਹਾਂ, ਮੈਂ ਤੁਹਾਡਾ ਤਾਬਿਆਦਾਰ ਹਾਂ। ਮੈਂ ਇਸ ਚੀਜ਼ ਦੀ ਮਾਫ਼ੀ ਵੀ ਮੰਗਣ ਨੂੰ ਤਿਆਰ ਹਾਂ, ਕਿਉਂਕਿ ਮੈਂ ਕੋਈ ਐਡਾ ਕੋਈ ਸਿਆਣਾ ਨਹੀਂ, ਇੰਨਾ ਕੋਈ ਵੱਡਾ ਨਹੀਂ, ਇਹ ਜ਼ੁਬਾਨ ਹੈ, ਠੀਕ ਹੈ ਨਾ, ਇਹਦੇ 'ਚ ਹੱਡੀ ਨਹੀਂ ਹੈ। ਜੇ ਮੈਥੋਂ ਕੁਛ ਬੋਲਿਆ ਵੀ ਗਿਆ ਹੋਊਗਾ ਤਾਂ ਮੈਂ ਉਸ ਚੀਜ਼ ਦੀ ਹੱਥ ਜੋੜ ਕੇ ਸਾਰੀ ਸਿੱਖ ਸੰਗਤ ਜੋ ਵੀ ਮੈਨੂੰ ਡੰਡ ਭਰਨ ਲਈ ਕਹੂਗੀ ਮੈਂ ਉਹ ਭਰੂੰਗਾ। ਪਰ ਇਹ ਇਹਦੇ ਪਿੱਛੇ ਆ ਜਿਹੜਾ ਬੰਦਾ, ਉਹ ਹਿੰਦੀ ਬਲੈਂਗਾ, ਉਹਨੇ ਬਹੁਤ ਬਹੁਤ ਕੋਸ਼ਿਸ਼ਾਂ ਕੀਤੀਆਂ ਮੈਨੂੰ ਬਰਬਾਦ ਕਰਨ ਦੀਆਂ, ਮੈਨੂੰ ਧਮਕੀਆਂ ਦਿੱਤੀਆਂ, ਕਿੰਨਾ ਕੁਛ ਮੇਰੇ ਨਾਲ ਕੀਤਾ। ਇੱਕ ਹੁਣ ਨਵੀਂ ਚੀਜ਼, ਜਿਹੜੇ ਲੋਕਾਂ ਕਰਕੇ ਅਸੀਂ ਇੱਥੋਂ ਤੱਕ ਪਹੁੰਚੇ ਹਾਂ, ਸਿੱਖ ਸੰਗਤ ਕਰਕੇ ਮੇਰੇ ਨਾਨਾ ਜੀ ਇੱਥੋਂ ਤੱਕ ਪਹੁੰਚੇ ਆ, ਉਹਨਾਂ ਨੂੰ ਹੀ ਉਹ ਬੰਦਾ ਮੇਰੇ ਖਿਲਾਫ਼ ਭੜਕਾ ਰਿਹਾ। ਸੋ ਕਿੰਨਾ ਟਾਈਮ ਹੋ ਗਿਆ, 9 ਅਕਤੂਬਰ ਤੋਂ ਮੈਂ ਘਰ ਬੈਠਾ, ਕੋਈ ਮੈਂ ਪ੍ਰੋਗਰਾਮ ਨਹੀਂ ਲਾਇਆ, ਹੁਣੀ ਕਿਉਂ ਵੀਡੀਓ ਸਾਹਮਣੇ ਲਿਆਂਦੀ ਗਈ? ਪੂਰੀ ਵੀਡੀਓ ਵੀ ਪੂਰਾ ਪ੍ਰੋਗਰਾਮ ਦਿਖਾਇਆ ਜਾਵੇ ਸਗੋਂ ਦੀ, ਮੇਰਾ ਵੀ ਮੇਰੇ 'ਚ ਕਿਹਾ ਕੀ ਆ, ਠੀਕ ਹੈ ਨਾ। ਜੇ ਕਿਸੇ ਨੂੰ ਲੱਗਦਾ ਵੀ ਮੈਂ ਗਲਤ ਬੋਲਿਆ, ਸਾਡੇ ਹਵਾਰਾ ਸਾਹਿਬ ਜਥੇਦਾਰ ਸਾਹਿਬ, ਉਹਨਾਂ ਦੇ ਪਿਤਾ ਜੀ ਮੇਰੇ ਸਤਿਕਾਰਯੋਗ ਆ, ਜਾਂ ਜਿਹੜੇ ਬਾਈ ਜੀ ਨੇ ਵੀਡੀਓ ਪਾਈ ਹੈ, ਇਹ ਮੈਨੂੰ ਤਾਂ ਪਤਾ ਨਹੀਂ ਕਿਹੜੀ ਵੀਡੀਓ ਆਈ ਹੈ ਨਾ, ਪਰ ਮੈਂ ਤਾਂ ਸੁਣ ਕੇ ਮੇਰਾ ਬੜਾ ਮਨ ਇਸ ਚੀਜ਼ ਲਈ ਬੜਾ ਮੇਰਾ ਮਨ ਦੁਖੀ ਹੋਇਆ ਵੀ ਭਾਈ ਮਰਦਾਨਾ ਜੀ ਨੂੰ ਬਾਬਾ ਜੀ ਨੇ ਨਾਲ ਰੱਖਿਆ, ਅਸੀਂ ਉਹਨਾਂ ਨੂੰ ਕਿੱਦਾਂ ਮਾੜਾ ਕਹਿ ਦਾਂਗੇ, ਹੈ ਨਾ। ਜੇ ਮੈਂ ਕਹਿੰਦਾ ਵੀ ਜਿਹੜਾ ਬੰਦਾ ਹੈ ਜੀ, ਉਹ ਕੋਈ ਵੀ ਗਲਤੀ ਕਰ ਸਕਦਾ ਜ਼ਿੰਦਗੀ 'ਚ, ਕੋਈ ਵੱਡੀ ਗੱਲ ਨਹੀਂ, ਪਰ ਜੇ ਕਿਸੇ ਨੂੰ ਲੱਗਦਾ ਵੀ ਮੈਂ ਕੋਈ ਗਲਤ ਵਿਚਾਰਧਾਰਾ ਬੋਲੀ ਆ, ਤਾਂ ਮੈਨੂੰ ਤੁਸੀਂ ਜਿੱਥੇ ਮਰਜ਼ੀ ਬੁਲਾ ਕੇ ਕੋਈ ਵੀ, ਹੈ ਨਾ, ਸਜ਼ਾ ਦੇ ਸਕਦੇ, ਤੁਸੀਂ ਮੇਰੇ ਵੱਡੇ ਆ, ਹੈ ਨਾ, ਸੰਗਤ ਦੇ ਵਿੱਚ ਰੱਬ ਵੱਸਦਾ, ਪਰ ਮੇਰਾ ਇਹਦੇ 'ਚ ਕੋਈ ਕਸੂਰ ਨਹੀਂ ਹੈ, ਕਿਉਂਕਿ ਮੈਂ ਤਾਂ ਆਪਦੇ ਕੇਸ 'ਚ ਉਲਝਾਂ, ਸਾਰਿਆਂ ਨੂੰ ਪਤਾ ਕੇਸ ਚੱਲੀ ਜਾਂਦਾ, ਮੈਂ ਇੰਟਰਵਿਊਆਂ 'ਚ ਤੁਹਾਡੇ ਸਾਹਮਣੇ ਕਿੰਨੇ ਤਰਲੇ ਮਿੰਨਤਾਂ ਮਾਰੀ ਜਾਂਦਾ ਲੋਕਾਂ ਦੇ ਵੀ ਹਾਂ ਦਾ ਨਾਰਾ ਮਾਰ ਦਿਓ। ਸੋ ਜਦੋਂ ਉਹਨੂੰ ਪਤਾ ਲੱਗ ਗਿਆ ਵੀ ਹੁਣ ਇਹਨੇ ਕੇਸ ਇਹਦੇ ਪੱਖ 'ਚੋਂ ਚੱਲਿਆ, ਤਾਂ ਕੋਈ ਪੁਰਾਣਾ ਕੋਈ ਸਟੇਜ ਦਾ ਕੋਈ ਚੱਕ ਕੇ ਕੁਛ ਮੇਰੇ ਹਿਸਾਬ ਨਾਲ ਉਹਨੂੰ ਐਡਿਟ ਕਰਕੇ, ਹੈ ਨਾ, ਜਿੱਦਾਂ ਉਹ ਬਾਬਾ ਜੀ ਕਹਿ ਰਹੇ ਆ ਵੀ ਗਲਤ ਬੋਲਿਆ, ਕਿਉਂਕਿ ਮੈਂ ਇਹ ਚੀਜ਼ ਮੈਂ ਕਦੇ ਨਹੀਂ ਬੋਲੂੰਗਾ, ਹੈ ਨਾ, ਮੇਰੀ ਜ਼ਬਾਨ 'ਚ ਕੀੜੇ ਪੈ ਜਾਣ ਜੇ ਮੈਂ ਇਹ ਚੀਜ਼ ਕਦੇ ਵੀ ਬੋਲਾਂ। ਹਾਂ, ਜੇ ਕਿਸੇ ਨੂੰ ਇਹ ਲੱਗਦਾ ਵੀ ਮੈਂ ਕੁਛ ਗਲਤ ਬੋਲਿਆ ਤਾਂ ਮੈਂ ਜਿੱਦ ਤੁਹਾਡਾ ਦੇਣਦਾਰ ਹਾਂ, ਕਿਤੇ ਵੀ ਉਹਨੂੰ ਤੁਸੀਂ ਬੁਲਾ ਸਕਦੇ ਹਾਂ, ਮੈਂ ਮਾਫ਼ੀ ਮੰਗੂੰਗਾ, ਚਾਹੇ ਮੈਨੂੰ ਸ਼੍ਰੋਮਣੀ ਕਮੇਟੀ ਬੁਲਾਵੇ, ਚਾਹੇ ਮੈਨੂੰ, ਹੈ ਨਾ, ਹਰਿਮੰਦਰ ਸਾਹਿਬ ਵਿਖੇ ਬੁਲਾਇਆ ਜਾਵੇ, ਕਿਤੇ ਵੀ ਤੁਸੀਂ ਬੁਲਾਓਗੇ ਮੈਂ ਹਾਜ਼ਰ ਹਾਂ, ਮੈਂ ਆਪਣੀ ਇਸ ਗੱਲ ਤੋਂ ਕਦੇ ਨਹੀਂ ਭੱਜੂਗਾ। ਇਨਸਾਨ ਗਲਤੀਆਂ ਦਾ ਪੁੱਤਲਾ, ਜੇ ਤੁਹਾਨੂੰ ਲੱਗਦਾ ਵੀ ਮੈਂ ਕੁਛ ਗਲਤ ਬੋਲਿਆ ਤਾਂ ਮੈਂ ਇਸ ਚੀਜ਼ ਦੀ ਮਾਫ਼ੀ ਮੰਗਣ ਲਈ ਤਿਆਰ ਹੈ। ਪਰ ਉਹ ਬੰਦੇ ਨੇ ਵੀਡੀਓ ਐਡਿਟ ਕਰਕੇ ਜਾਂ ਰਿਕਾਰਡਿੰਗ, ਮੈਨੂੰ ਨਹੀਂ ਪਤਾ ਉਹਨੇ ਕੀ ਇਹਨਾਂ ਨੂੰ ਦਿਖਾਇਆ, ਜਿਹੜਾ ਉਹ ਮੇਰੇ ਤੋਂ ਇੰਨਾ ਸਾਰੇ ਗੁੱਸੇ ਹੋਏ ਆ। ਸੋ ਸਿੱਖ ਸੰਗਤ ਤੋਂ ਬਿਨਾਂ, ਬਾਬੇ ਨਾਨਕ ਦੀ ਫੁਲਵਾੜੀ ਤੋਂ ਬਿਨਾਂ ਅਸੀਂ ਕੁਛ ਵੀ ਨਹੀਂ ਹੈਗੇ, ਸਾਡੇ ਪੱਲੇ ਕੁਛ ਨਹੀਂ ਹੈਗਾ। ਸੋ ਦੁਬਾਰਾ ਫਿਰ ਮੈਂ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਵੀ ਯੂਟਿਊਬ 'ਤੇ ਇੱਕ ਵੀਡੀਓ ਪਾਈ ਗਈ ਹੈ ਸਾਡੀ ਸਿੱਖ ਸੰਗਤ ਵੱਲੋਂ, ਸੋ ਮੈਂ ਉਹਨਾਂ ਦਾ ਤਾਬਿਆਦਾਰ ਹਾਂ, ਉਹ ਮੈਨੂੰ ਬੁਲਾ ਸਕਦੇ ਆ, ਕਿਤੇ ਵੀ ਮੈਨੂੰ ਬੁਲਾ ਸਕਦੇ ਆ, ਮੈਂ ਮਾਫ਼ੀ ਵੀ ਮੰਗੂੰਗਾ ਜੇ ਮੈਂ ਕੁਛ ਬੋਲਿਆ। ਪਰ ਇਹ ਬੰਦੇ ਨੇ ਮੈਨੂੰ ਬਰਬਾਦ ਕਰਨ ਦੀ ਕੋਈ ਕਮੀ ਨਹੀਂ ਛੱਡੀ, ਕੋਈ ਵੀ, ਠੀਕ ਹੈ ਨਾ। ਹਿੰਦੀ ਬਲਿੰਗ ਨੇ ਕੋਈ ਰਿਕਾਰਡਿੰਗ ਪਾਈ ਆ ਜਾਂ, ਕਿਉਂਕਿ ਜਿੱਥੇ ਮੈਂ ਗਾ ਕੇ ਆਇਆ ਉੱਥੇ ਵੀ ਸਿੱਖ ਸੰਗਤ ਬੈਠੀ ਸੀ, ਜੇ ਇੱਕ ਕਹਿੰਦੇ ਵੀ ਪ੍ਰੋਗਰਾਮ 'ਤੇ ਜਾਂ ਉੱਦਾਂ ਮਨ ਦਾ ਚੰਗਾ ਬੋਲਿਆ
ਜੋ ਲੋਕ ਕਹਿ ਰਹੇ ਆ ਸਾਡੇ ਜਿਹੜੇ ਸਤਿਕਾਰਯੋਗ ਆ ਮੇਰੇ ਨਾਲੋਂ, ਅਤੇ ਮੈਂ ਜੇ ਉੱਥੇ ਬੋਲਿਆ ਉੱਥੇ ਸਿੱਖ ਸੰਗਤ ਤਾਂ ਹੋਊਗੀ ਸਾਹਮਣੇ, ਹੈ ਨਾ ਜੀ, ਪਰ ਮੇਰਾ ਮਨ ਇਸ ਚੀਜ਼ ਲਈ ਬਹੁਤ ਦੁਖੀ ਆ ਵੀ ਯਾਰ ਇਹ ਬੰਦਾ ਵਾਹਿਗੁਰੂ ਨੂੰ ਮੂਹਰੇ ਰੱਖ ਕੇ ਮੈਨੂੰ ਬਦਨਾਮ ਕਰ ਰਿਹਾ, ਸੱਚੇ ਪਾਤਸ਼ਾਹ ਨੂੰ ਮੂਹਰੇ ਰੱਖ ਕੇ ਮੈਨੂੰ ਬਦਨਾਮ ਕਰ ਰਿਹਾ, ਇਹਦੇ 'ਚ ਆਪਣੇ ਆਪ 'ਚ ਕੋਈ ਦਮ ਹੀ ਨਹੀਂ ਹੈ ਯਾਰ। ਮੈਂ ਦੁਬਾਰਾ ਫਿਰ ਸਾਰਿਆਂ ਨੂੰ ਬੇਨਤੀ ਕਰਦਾ ਵੀ ਮੈਂ ਇੰਨੀ ਔਕਾਤ ਦਾ ਮਾਲਕ ਨਹੀਂ ਹੈ, ਮੇਰੇ ਨਾਲੋਂ ਤਾਂ ਗੁਰੂ ਘਰ ਦੇ ਦਰਵੇਸ਼ ਵੀ ਉੱਚੇ ਆ, ਮੈਂ ਉਹਨਾਂ ਨੂੰ ਵੀ ਮੱਥਾ ਟੇਕਦਾ, ਠੀਕ ਹੈ, ਗੁਰਦੁਆਰਾ ਸਾਹਿਬ ਮੱਥਾ ਟੇਕਣ ਜਾਣਾ। ਪਰ ਜੇ ਤੁਹਾਨੂੰ ਲੱਗਦਾ ਮੈਂ ਕੁਛ ਬੋਲਿਆ ਤਾਂ ਤੁਸੀਂ ਮੈਨੂੰ ਜਿੱਥੇ ਮਰਜ਼ੀ ਬੁਲਾਓ, ਜੋ ਤੁਸੀਂ ਮੈਨੂੰ ਦੰਡ ਦਿਓਗੇ ਉਹ ਮੈਨੂੰ ਮਨਜ਼ੂਰ ਹੈ ਨਾ ਜੀ, ਮੈਂ ਆਪਣੀ ਝੋਲੀ 'ਚ ਪਵਾਉਂਗਾ, ਜਿੱਥੇ ਮੈਨੂੰ ਬੁਲਾ ਸਕਦੇ ਆ, ਜਿੱਥੇ ਤੁਸੀਂ ਹੁਕਮ ਕਰੋਗੇ ਮੈਂ ਉੱਥੇ ਪਹੁੰਚੂਗਾ। ਪਰ ਇਹਦੇ ਪਿੱਛੇ ਇੱਕ ਇਨਸਾਨ ਆ, ਉਹ ਹਿੰਦੀ ਬੁਲਾਂਗਾ, ਠੀਕ ਹੈ ਨਾ, ਉਹਨੇ ਵੀਡੀਓ ਪਤਾ ਨਹੀਂ ਭੇਜੀ, ਪਤਾ ਨਹੀਂ ਆਡੀਓ ਭੇਜੀ, ਮੈਨੂੰ ਤਾਂ ਪਤਾ ਨਹੀਂ, ਪਹਿਲਾਂ ਨਹੀਂ ਇਹ ਗੱਲ ਆ ਗਈ, ਹੁਣ ਕਿਉਂ ਆਈ ਆ, ਮੈਂ ਇਹ ਚੀਜ਼ ਲਈ ਹੈਰਾਨ ਹਾਂ। ਸੋ ਮੈਂ ਆਪਣੀ ਗੱਲ ਕਲੀਅਰ ਕਰੂੰਗਾ ਆ ਕੇ, ਜਿੱਥੇ ਵੀ ਮੈਨੂੰ ਕੋਈ ਬੁਲਾਊਗਾ ਮੈਂ ਆਊਂਗਾ ਜ਼ਰੂਰ, ਜਿੱਥੇ ਵੀ ਕੋਈ ਬੁਲਾਊਗਾ ਮੈਂ ਉੱਥੇ ਆ ਕੇ ਆਪਣੀ ਗੱਲ ਕਲੀਅਰ ਕਰੂੰਗਾ। ਸਿੱਖ ਸੰਗਤ ਦੇ ਅਸੀਂ ਤਾਬੇਦਾਰ ਹਾਂ, ਤੁਹਾਡੇ ਰਿਣੀ ਹਾਂ, ਅਤੇ ਇੰਨੀ ਕੁ ਮੇਰੀ ਬੇਨਤੀ ਆ ਵੀ ਜਿਹੜੀ ਵੀਡੀਓ ਪਾਈ ਆ ਜੀ, ਮੈਨੂੰ ਨਹੀਂ ਪਤਾ ਉਹਨਾਂ ਨੂੰ ਵਿਚਾਰਿਆਂ ਨੂੰ ਕੀ ਕਿਹਾ ਗਿਆ, ਮੇਰੇ ਖਿਲਾਫ਼ ਕੀ ਬੋਲਿਆ ਗਿਆ, ਵੀ ਹਸਨ ਮਾਨਕ ਬਾਬੇ ਨਾਨਕ ਬਾਰੇ ਮਾੜਾ ਬੋਲ ਰਿਹਾ। ਯਾਰ ਮੈਂ ਐਡਾ ਨਹੀਂ ਪਾਗਲ ਹੈਗਾ, ਮੈਨੂੰ ਨਹੀਂ ਪਤਾ ਵੀ ਬਜ਼ੁਰਗਾਂ ਬਾਰੇ ਮੈਂ ਕਿੱਦਾਂ ਬੋਲਣਾ, ਸਾਡੇ ਉਹ ਪੀਰ ਹੋਏ ਆ ਭਾਈ ਮਰਦਾਨਾ ਜੀ ਦੇ ਨਾਲ, ਇੰਨਾ ਟਾਈਮ ਉਹਨਾਂ ਨੇ ਭਰਾਵਾਂ ਵਾਲਾ ਰਿਸ਼ਤਾ ਰੱਖਿਆ, ਭਾਈ ਕਿਹਾ ਉਹਨਾਂ ਨੂੰ, ਠੀਕ ਆ ਨਾ। ਅਸੀਂ ਇਹ ਚੀਜ਼ ਮੈਂ ਕਿਉਂ ਕਹੂੰਗਾ, ਅਸੀਂ ਵੀ ਸਿੱਖ ਹੀ ਹਾਂ, ਮੈਂ ਤਾਂ ਕਦੇ ਸਿੱਖੀ ਤੋਂ ਆਪਣੇ ਆਪ ਨੂੰ ਅੱਡ ਨਹੀਂ ਸਮਝਿਆ। ਤੁਸੀਂ ਮੇਰੇ ਪ੍ਰੋਗਰਾਮ ਦੇਖੋ, ਮੇਰੇ ਪਹਿਲਾਂ ਮੈਂ ਫਤਿਹ ਜਦੋਂ ਬੁਲਾਉਂਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਹਿਣਾ ਸਟੇਜ 'ਤੇ, ਹੈ ਨਾ ਜੀ। ਮੈਂ ਤਾਂ ਕਦੇ ਇਹ ਦਿਲ ਦੇ ਵਿੱਚ ਵਿਚਾਰਧਾਰਾ ਰੱਖੀ ਨਹੀਂ, ਪਰ ਇਹ ਹਿੰਦੀ ਬਲਿੰਗ ਦੇ ਸ਼ਾਬਾਸ਼ ਹੈ, ਬਹੁਤ ਸੋਹਣਾ ਕੰਮ ਕੀਤਾ ਉਹਨੇ, ਠੀਕ ਹੈ ਨਾ। ਉਹਦੇ 'ਚ ਆਪਣੇ ਆਪ 'ਚ ਦਮ ਤਾਂ ਹੈ ਨਹੀਂ, ਹੁਣ ਉਹਨੂੰ ਇਹ ਹੈ ਵੀ ਮੈਂ ਉਹਨੂੰ ਇੱਕ ਚੀਜ਼ ਪੁੱਛੂੰਗਾ ਵੀ ਤੂੰ ਵਾਹਿਗੁਰੂ ਨੂੰ, ਸੱਚੇ ਪਾਤਸ਼ਾਹ ਨੂੰ, ਬਾਬੇ ਨਾਨਕ ਨੂੰ ਯਾਰ ਇਹ ਚੀਜ਼ ਦੇ ਅੱਗੇ ਰੱਖ ਕੇ ਮੈਨੂੰ ਬਦਨਾਮ ਕਰੇਗਾ, ਉਹ ਪਰਵਰਦਗਾਰ ਨੂੰ ਵੀ ਤੂੰ ਬਖਸ਼ਿਆ ਯਾਰ, ਕਿੱਦਾਂ ਦਾ ਬੰਦਾ, ਮੇਰੇ ਨਾਲ ਤੇਰਾ ਨਿੱਜੀ ਰੌਲਾ ਚੱਲਦਾ ਸੀ, ਤੂੰ ਮੇਰੇ ਨਾਲ ਗੱਲ ਕਰਦਾ, ਹੁਣ ਤੂੰ ਵੀਡੀਓ ਪਤਾ ਨਹੀਂ ਕੀ ਆਡੀਓ ਲੋਕਾਂ ਨੂੰ ਭੇਜ ਰਿਹਾ, ਜਿਹੜੇ ਸਾਡੇ ਜਥੇਦਾਰ ਸਾਹਿਬਾਨ ਜਾਂ ਸਿੱਖ ਸੰਗਤ ਆ ਉਹਨਾਂ ਨੂੰ ਮੇਰੇ ਖਿਲਾਫ਼ ਭੜਕਾ ਰਿਹਾ, ਹੈ ਨਾ। ਸੋ ਮੈਨੂੰ ਜਿੱਥੇ ਵੀ ਲੋੜ ਪਊਗੀ, ਜਿੱਥੇ ਵੀ ਬੁਲਾਇਆ ਜਾਊਗਾ, ਮੈਂ ਨਤਮਸਤਕ ਹੋਊਂਗਾ ਜੀ, ਮੈਂ ਸਾਰਿਆਂ ਅੱਗੇ ਹੱਥ ਜੋੜ ਕੇ ਇਸ ਚੀਜ਼ ਦੀ ਮਾਫ਼ੀ ਮੰਗੂੰਗਾ, ਜੇ ਕਿਸੇ ਨੂੰ ਮੇਰੀ ਗੱਲ ਦਾ ਗੁੱਸਾ ਲੱਗਿਆ ਹੋਊਗਾ, ਉਹਨੇ ਤਾਂ ਜੋ ਕਰਨਾ ਸੀ ਕਰਤਾ, ਉਹਦੇ ਸ਼ਾਬਾਸ਼ ਹੈ, ਬਹੁਤ ਸਿਆਣਾ ਉਹ, ਠੀਕ ਆ ਨਾ। ਜੇ ਮੈਂ ਸੱਚਾ, ਠੀਕ ਆ ਨਾ, ਵਾਹਿਗੁਰੂ ਮੈਨੂੰ ਦੇਖੂਗਾ, ਜੇ ਮੈਂ ਝੂਠਾ ਤਾਂ ਵੀ ਮੈਨੂੰ ਵਾਹਿਗੁਰੂ ਦੇਖੂਗਾ। ਪਰ ਇੱਕ ਮੈਂ ਦੁਬਾਰਾ ਫਿਰ ਮੈਂ ਹੱਥ ਜੋੜ ਕੇ ਬੇਨਤੀ ਕਰਨੀ ਆ, ਜਿੱਥੇ ਵੀ ਬੁਲਾਇਆ ਜਾਊਗਾ ਮੈਂ ਆਊਂਗਾ ਜੀ, ਹੱਥ ਜੋੜ ਕੇ ਮਾਫ਼ੀ ਮੰਗੂੰਗਾ। ਜੇ ਕਿਸੇ ਨੂੰ ਇਹ ਚੀਜ਼ ਲੱਗੀ ਆ, ਕਿਸੇ ਦੀ ਭਾਵਨਾ ਨੂੰ ਦੁੱਖ ਪਹੁੰਚਿਆ, ਪਰ ਮੈਂ ਕੁਛ ਗਲਤ ਨਹੀਂ ਬੋਲਿਆ, ਮੇਰੀ ਜ਼ਬਾਨ 'ਚ ਕੀੜੇ ਪੈ ਜਾਣ ਅਤੇ ਨਹੀਂ ਹਿੰਦੀ ਬਲਿੰਗ ਦੇ ਕੀੜੇ ਪੈਣ, ਜਿਹਨੇ ਵੀਡੀਓ ਜਾਂ ਆਡੀਓ ਮੈਨੂੰ ਨਹੀਂ ਪਤਾ ਉਹਨੇ ਐਡਿਟ ਕਰਕੇ ਪਾਈ ਆ ਕੀ ਕੀਤਾ, ਠੀਕ ਹੈ ਨਾ, ਕੋਈ ਚੱਕਰ ਨਹੀਂ, ਸੱਚੇ ਪਾਤਸ਼ਾਹ ਜਾਣਦਾ। ਬਾਕੀ ਮੈਂ ਹਵਾਰਾ ਸਾਹਿਬ ਦੇ ਪਿਤਾ ਜੀ ਨੂੰ ਵੀ ਕਹੂੰਗਾ ਵੀ ਮੈਂ ਤੁਹਾਨੂੰ ਮਿਲੂੰਗਾ ਜੀ, ਤੁਸੀਂ ਮੇਰੇ ਵੱਡੇ ਆ, ਠੀਕ ਹੈ ਨਾ, ਮੈਂ ਰਿਣੀ ਹਾਂ ਤੁਹਾਡਾ, ਤੁਸੀਂ ਬੋਲ ਸਕਦੇ ਹਾਂ, ਹੈ ਨਾ। ਸਾਰੀ ਸਿੱਖ ਸੰਗਤ ਨੂੰ ਕਹੂੰਗਾ, ਜਿੰਨੇ ਵੀ ਪੰਜਾਬ ਦੇ ਲੋਕ ਆ, ਵੀ ਮੇਰੀ ਹੱਥ ਜੋੜ ਕੇ ਬੇਨਤੀ ਹੈ। ਮੈਂ ਤਾਂ ਪਹਿਲਾਂ ਹੀ ਪ੍ਰੋਬਲਮ 'ਚ ਫਸਿਆ, ਤੁਹਾਨੂੰ ਸਾਰਿਆਂ ਨੂੰ ਪਤਾ, ਐਡੀ ਮੇਰੀ ਔਕਾਤ ਨਹੀਂ ਹੈ ਵੀ ਮੈਂ ਬਾਬਾ ਜੀ ਬਾਰੇ ਕੁਛ ਬੋਲਾਂ। ਹਾਂ, ਜੇ ਕਿਸੇ ਨੂੰ ਲੱਗਦਾ, ਹੈ ਨਾ ਜੀ, ਤਾਂ ਫਿਰ ਮੈਂ ਮਾਫ਼ੀ ਮੰਗਦਾ ਸਾਰਿਆਂ ਤੋਂ, ਜੇ ਕਿਸੇ ਨੂੰ ਇਹ ਚੀਜ਼ ਲੱਗਦੀ ਹੈ ਵੀ ਮੈਂ ਗਲਤ ਬੋਲਿਆ ਕੁਛ, ਤਾਂ ਮੈਂ ਜ਼ਰੂਰ ਹੱਥ ਜੋੜ ਕੇ ਮਾਫ਼ੀ ਮੰਗ ਰਿਹਾ ਇਸੇ ਟਾਈਮ ਹੀ, ਜੇ ਕਿਸੇ ਨੂੰ ਮੇਰੀ ਗੱਲ ਦਾ ਗੁੱਸਾ ਲੱਗਿਆ। ਪਰ ਇਹਦੇ ਪਿੱਛੇ ਇੱਕ ਚਿਹਰਾ ਉਹ ਹਿੰਦੀ ਬਲਿੰਗ ਦਾ ਹੀ ਆ, ਉਹਨੂੰ ਪਤਾ ਸੀ ਹੁਣ ਕੇਸ ਹਸਨ ਦੇ ਹੱਕ 'ਚ ਹੋ ਗਿਆ ਵੀ ਹੁਣ ਕੁਛ ਨਾ ਕੁਛ ਮੈਂ ਇੱਦਾਂ ਦੀ ਐਕਟੀਵਿਟੀ ਕਰਾਂ, ਤਾਂ ਉਹਨੇ ਪਤਾ ਨਹੀਂ ਕੋਈ ਰਿਕਾਰਡਿੰਗ ਭੇਜੀ ਆ, ਪਤਾ ਨਹੀਂ ਕੋਈ ਵੀਡੀਓ ਭੇਜੀ, ਮੈਨੂੰ ਤਾਂ ਪਤਾ ਨਹੀਂ, ਹੈ ਨਾ ਜੀ। ਸੋ ਮੇਰੀ ਇੰਨੀ ਕੁ ਬੇਨਤੀ ਆ, ਕਿਉਂਕਿ ਮੈਂ ਪਹਿਲਾਂ ਵੀ ਠੀਕ ਨਹੀਂ, ਤੁਹਾਨੂੰ ਪਤਾ ਬਿਮਾਰ ਸ਼ਮਾਰ ਰਹਿੰਦਾ ਮੈਂ, 3 ਮਹੀਨੇ ਹੋ ਗਏ ਮੈਂ ਪ੍ਰੋਗਰਾਮ ਨਹੀਂ ਕੋਈ ਲਾਇਆ, ਮੈਂ ਕਿਹੜੇ ਵੇਲੇ ਬਾਬਾ ਜੀ ਨੂੰ ਮਾੜਾ ਕਹਿਤਾ, ਠੀਕ ਹੈ ਨਾ, ਕੋਈ ਮੇਰੀ ਪੁਰਾਣੀ, ਮੈਨੂੰ ਨਹੀਂ ਪਤਾ ਕੋਈ ਰਿਕਾਰਡਿੰਗ ਆ ਜਾਂ ਵੀਡੀਓ ਆ, ਕੀ ਉਹਨੇ ਕੀਤਾ, ਐਡਿਟ ਕੀਤੀ ਆ, ਐਡੀ ਐਡੀਆਂ ਫਿਲਮਾਂ ਬਣਾਉਂਦੇ ਆ ਉਹ, ਐਡੇ ਐਡੇ ਗੀਤ ਬਣਾਉਂਦੇ ਆ, ਤਾਂ ਆਹ ਕਰਨਾ ਉਹਨਾਂ ਲਈ ਕੋਈ ਬਾਹਲਾ ਵੱਡਾ ਨਹੀਂ ਹੈਗਾ। ਸੱਚੀ ਪਾਤਸ਼ਾਹ ਦੇਖਦਾ, ਕੋਈ ਚੱਕਰ ਨਹੀਂ, ਸਿੱਖ ਸੰਗਤ ਤੋਂ ਦੁਬਾਰਾ ਫਿਰ ਮੈਂ ਹੱਥ ਜੋੜ ਕੇ ਮਾਫ਼ੀ ਮੰਗਦਾ ਜੇ ਤੁਹਾਨੂੰ ਮੇਰੀ ਕਿਸੇ ਗੱਲ ਦਾ ਗੁੱਸਾ ਲੱਗਿਆ, ਜਿੱਥੇ ਵੀ ਮੈਨੂੰ ਬੁਲਾਓਗੇ ਮੈਂ ਹੱਥ ਜੋੜ ਕੇ ਸਿਰ ਝੁਕਾ ਕੇ ਮਾਫ਼ੀ ਮੰਗੂੰਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।